ਗੁਰੂ ਬਾਰੇ ਜ਼ਿਆਦਾ ਸਿਖਾਉਣਾ ਬੱਚਿਆਂ ਨੂੰ। ਮੈਂ ਹੋਰ ਗੱਲ ਨਹੀਂ ਸਿਖਾਉਂਦਾ ਕੋਈ ਵੀ, ਮੇਰਾ ਇਹ ਹੈ, ਇਹ ਹੈਗਾ ਵੀ ਆ। ਜਿੱਦਾਂ ਹੁਣ ਮੈਂ ਪ੍ਰਸ਼ਾਦ 'ਤੇ ਬੈਠਾ ਅਤੇ ਬੱਚੇ ਆਏ ਆ ਜਿਹੜੇ ਦੋ ਚਾਰ ਵਾਰੀ ਆ ਚੁੱਕੇ ਆ ਨਾ, ਪ੍ਰਸ਼ਾਦ 'ਤੇ ਮੈਂ ਬੈਠਾ ਪ੍ਰਸ਼ਾਦ ਦੇਣ ਨੂੰ, ਤਾਂ ਮੈਨੂੰ ਪਹਿਲਾਂ ਉਹਨੇ ਫਤਿਹ ਬੁਲਾਈ ਆ ਜਿਹੜੇ ਦੋ ਚਾਰ ਵਾਰੀ ਆ ਚੁੱਕੇ ਆ। ਉਹਨਾਂ ਸਿਖਾਉਣਾ ਹੀ ਇਹ ਵੀ ਬਾਬਾ ਜੀ ਨੂੰ ਪਹਿਲਾਂ ਫਤਿਹ ਬੁਲਾਓ ਜੀ, ਫਿਰ ਕੋਲ ਸਪੀਟਾਂ ਰੱਖੀ ਦੀਆਂ, ਫਿਰ ਉਹ ਸਪੀਡ ਦੇ ਦੇਣੀ, ਜਾਣੀ ਕਿਸੇ ਤਰੀਕੇ ਨਾਲ ਬੱਚੇ ਨੂੰ ਆਪਣੇ ਹੱਲ ਲਾਉਣਾ। ਮੈਂ ਜ਼ਿਆਦਾ ਇੱਧਰ ਲਵਾਂ, ਹੋਰ ਕਿਸੇ ਪਾਸੇ ਨਹੀਂ। ਜੇ ਕੋਈ ਮੈਨੂੰ ਕਹੇ ਨਾ ਵੀ ਮੈਂ ਆਹ ਕੰਮ ਨਹੀਂ ਕਰਨਾ, ਮੈਨੂੰ ਇੱਕ ਵਾਰੀ ਯਾਦ ਆ ਗਿਆ, ਮੈਂ ਲੈਸਟਰ ਗੁਰਦੁਆਰੇ ਦੇ ਵਿੱਚ ਸਕੂਲ ਲੱਗਾ ਆ ਅਤੇ ਮੈਨੂੰ ਬੱਦਾ ਲੈ ਗਿਆ ਸਕੂਲ ਦੇ ਵਿੱਚ। ਪਹਿਲਾਂ ਤਾਂ ਉੱਠ ਕੇ ਸਾਰੇ ਬੱਚਿਆਂ ਨੇ ਮੈਨੂੰ ਫਤਿਹ ਬੁਲਾਈ, ਬੁਲਾ ਕੇ ਫਤਿਹ ਤਾਂ ਬਹਿ ਗਏ, ਸਾਰਾ ਕੁਛ ਦੇਖਿਆ। ਇੰਨਾ ਕੁ ਬੱਚਾ ਤਾਂ ਮੈਂ ਉਹਨੂੰ ਪੁੱਛਿਆ, ਮੁੰਡਾ ਉਹਨੂੰ ਮੈਂ ਪੁੱਛਿਆ, ਮੈਂ ਕਿਹਾ ਕਾਕਾ ਤੂੰ ਪੰਜਾਬੀ ਕਿਉਂ ਸਿੱਖਣ ਲੱਗਾ, ਕੀ ਮਤਲਬ ਤੇਰਾ ਪੰਜਾਬੀ ਸਿੱਖਣ ਦਾ। ਦੇਖੋ ਬੱਚੇ ਦੇ, ਮੈਂ ਬਾਜੇ ਵੇਲੇ ਸੋਚਦਾ ਹੁੰਦਾ ਵੀ ਬੱਚੇ ਦੀ ਬੜੀ ਬਾਜੇ ਵੇਲੇ ਗੱਲ। ਉਹ ਮੈਨੂੰ ਕਹਿੰਦਾ ਬਾਬਾ ਜੀ, ਮੈਂ ਕਿਹਾ ਹਾਂਜੀ। ਕਹਿੰਦਾ ਬਾਬਾ ਗੁਰੂ ਨਾਨਕ ਜੀ ਮੇਰੇ ਘਰ ਆਉਣਗੇ, ਉਹਨਾਂ ਨੂੰ ਇੰਗਲਿਸ਼ ਨਹੀਂ ਆਉਣੀ, ਮੈਨੂੰ ਪੰਜਾਬੀ ਨਹੀਂ ਆਉਣੀ, ਤਾਂ ਫਿਰ ਮੈਂ ਉਹਨਾਂ ਨਾਲ ਗੱਲ ਕਿੱਦਾਂ ਕਰਾਂਗਾ, ਗੱਲ ਕਿੱਦਾਂ ਕਰਾਂਗਾ। ਦੇਖੋ ਤੁਸੀਂ ਇੱਕ 5-6 ਸਾਲ ਦਾ ਬੱਚਾ, ਦੇਖੋ ਤੁਸੀਂ ਗੱਲ ਕਿਹੜੀ ਕੀਤੀ ਉਹਨੇ। ਇੱਦਾਂ ਦੀਆਂ ਗੱਲਾਂ ਜਿਹੜੀਆਂ ਨਾ, ਫਿਰ ਇਹਨਾਂ ਨੂੰ ਫੜੀਦਾ ਵੀ ਬੱਚਾ ਕਿਹੜਾ ਜ਼ਿਆਦਾ ਕਿਹੜਾ ਨਹੀਂ। ਹੁਣ ਮੈਂ ਇੰਡੀਆ ਜਾਂਦਾ, ਮੈਂ ਸਕੂਲ ਦੇ ਵਿੱਚ ਟਰਾਫੀਆਂ ਦਿੰਦਾ, 6 ਸਕੂਲਾਂ ਦੇ ਬੱਚੇ ਇਕੱਠੇ ਹੁੰਦੇ ਆ ਪਿੰਡਾਂ ਵਾਲੇ। ਮੈਂ ਜਿਹੜਾ 2 ਆਏ ਆ, 4 ਆਏ ਆ, 10 ਆਏ ਆ, ਟੋਪ 'ਤੇ ਆਏ ਆ, ਮੈਂ ਉਹਨਾਂ ਨੂੰ ਟਰਾਫੀਆਂ ਦਿੰਦਾ ਆਪਣੇ ਕੋਲੋਂ, ਆਪਣੇ ਕੋਲੋਂ ਖਰੀਦ ਕੇ। ਕੀ ਮਤਲਬ, ਬੱਚਾ ਲਾਲਚ ਨਾ ਪੜ੍ਹੇ। ਜੇ ਬੱਚੇ ਨੂੰ ਤੁਸੀਂ ਝਿੜਕੋਗੇ ਤਾਂ ਨਹੀਂ ਪੜ੍ਹੇਗਾ, ਜੇ ਤੁਸੀਂ ਉਹਨੂੰ ਪਿਆਰ ਨਾਲ ਕੋਈ ਵੀ ਗੱਲ ਮਨਾਉਣੀ ਚਾਹੋਗੇ ਨਾ ਤਾਂ ਮੰਨ ਜਾਏਗਾ। ਹੁਣ ਬਾਜੇ ਵੇਲੇ ਮੈਂ ਇੱਥੇ ਸਹਿਜਲੀ ਸਟਰੀਟ 'ਚ ਗੁਰਦੁਆਰਾ ਦੂਰੇ ਆਪਣੇ ਸਕੂਲ 'ਚ ਜਾਂਦਾ, ਬੱਚਿਆਂ ਨੂੰ ਇਹੀ ਸਿਖਾ ਲਿਆ ਆ, ਟੀਚਰਾਂ ਨੂੰ ਇਹ ਦੱਸਿਆ ਆ ਵੀ ਕੋਈ ਵੀ ਆਵੇ ਉਹਨੂੰ ਉੱਠ ਕੇ ਬੱਚਿਆਂ ਨੂੰ ਪਹਿਲਾਂ ਸਿਖਾ ਲਓ ਅਤੇ ਉੱਠ ਕੇ ਫਤਿਹ ਬੁਲਾਉਣ, ਫਿਰ ਬਾਅਦ ਦੇ ਵਿੱਚ ਜੋ ਕੁਛ ਹੋਣਾ ਹੋਣਾ। ਇੰਡੀਆ ਵੀ ਇੱਦਾਂ ਹੀ ਆ, ਇੰਡੀਆ 'ਚ 6 ਪਿੰਡ ਆ, 6 ਪਿੰਡਾਂ ਦੇ ਵਿੱਚ ਮੈਂ ਕਿਸੇ ਸਕੂਲ 'ਚ ਆ ਵੜਾਂ, ਸਾਰੇ ਬੱਚੇ ਉੱਠ ਕੇ ਪਹਿਲਾਂ ਫਤਿਹ ਬੁਲਾਉਣਗੇ, ਕਿਉਂਕਿ ਉਹਨਾਂ ਨੂੰ ਸਿਖਾ ਲਿਆ ਹੀ ਇਹ, ਟੀਚਰਾਂ ਨੂੰ ਇਹੀ ਦੱਸਿਆ ਆ ਵੀ ਪਹਿਲਾਂ ਪਹਿਲਾਂ ਸਭ ਤੋਂ ਫਤਿਹ ਸਿਖਾ ਲਓ। ਫਿਰ ਹੁਣ ਇੰਡੀਆ ਦੇ ਵਿੱਚ, ਪੰਜਾਬ 'ਚ ਪੰਜਾਬੀ ਹੈ ਨਹੀਂ, ਹਿੰਦੀ ਇੰਗਲਿਸ਼ ਆ। ਜੇ ਹਿੰਦੀ ਇੰਗਲਿਸ਼ ਅਸੀਂ ਪੜ੍ਹਨੀ ਹੈ ਤਾਂ ਪੰਜਾਬੀ ਅਸੀਂ ਕਿੱਥੋਂ ਰਹਿ ਗਏ, ਪੰਜਾਬੀ ਅਸੀਂ ਕਿੱਥੋਂ ਰਹਿ ਗਏ। ਹੁਣ ਜਿਹੜੇ ਆ ਦੂਸਰੇ, ਦੇਖੋ ਪਹਿਲਾਂ ਜਿਸ ਵੇਲੇ ਮੈਂ ਟਰਾਫੀ ਦਿੰਦਾ ਨਾ, ਜਿੰਨਾ ਵੀ ਉਹਨੂੰ ਪਾਠ ਆਉਂਦਾ ਪਹਿਲਾਂ ਪਾਠ ਸੁਣਾਵੇ, ਇੱਕ ਪੌੜੀ ਆਉਂਦੀ, 2 ਆਉਂਦੀਆਂ, 4 ਆਉਂਦੀਆਂ, ਫਿਰ ਮੈਂ ਉਹਨੂੰ ਟਰਾਫੀ ਦਿੰਦਾ। ਟੀਚਰਾਂ ਨੂੰ ਇਹ ਕਿਹਾ ਵੀ ਜਦੋਂ ਤੁਸੀਂ ਪੰਜਾਬ ਦੇ ਵਿੱਚ ਪੰਜਾਬੀ ਨਹੀਂ ਸਿਖਾਲਣੀ ਤਾਂ ਹੋਰ ਕਿੱਥੇ ਜਾ ਕੇ ਸਿਖਾਲੋਗੇ ਤੁਸੀਂ। ਪੰਜਾਬ ਦੇ ਵਿੱਚ ਇਸ ਵੇਲੇ ਹਿੰਦੀ ਅਤੇ ਇੰਗਲਿਸ਼ ਚੱਲ ਰਹੀ ਹੈ,
ਅਸੀਂ ਇੱਥੇ ਪੰਜਾਬੀ ਨੂੰ ਜ਼ੋਰ ਲਾ ਰਹੇ ਹਾਂ, ਉਹ ਇੰਗਲਿਸ਼ ਨੂੰ ਜ਼ੋਰ ਲਾ ਰਹੇ ਆ ਜੀ। ਬਸ ਇਹ ਗੱਲ ਹੈਗੀ ਹੈ ਬੇਟਾ, ਮੇਰਾ ਤਾਂ ਇਹੋ ਕਹਿਣਾ ਹੈਗਾ ਵੀ ਕਿਤੇ ਵੀ ਜਾਓ ਬੱਚਿਆਂ ਨੂੰ ਇਹੀ ਸਿੱਖਿਆ ਦਿਓ ਬੇਟਾ, ਪੰਜਾਬੀ ਘਰ 'ਚ ਵੀ ਪੰਜਾਬੀ ਬੋਲੋ। ਮੈਂ ਹੁਣ ਜਿਹੜਾ ਕਿ ਗੁਰਦੁਆਰੇ ਆ ਕੇ ਇੰਗਲਿਸ਼ ਬੋਲਦਾ, ਮੈਂ ਉਹਨੂੰ ਕਹਿੰਦਾ ਪੰਜਾਬੀ ਬੋਲ। ਜੇ ਬੜਾ ਇੰਗਲਿਸ਼ ਬੋਲਦਾ ਤਾਂ ਛੋਟਾ ਕੀ ਕਰੇਗਾ, ਛੋਟਾ ਤਾਂ ਫਿਰ ਆਪੇ ਹੀ ਇੰਗਲਿਸ਼ ਬੋਲੇਗਾ ਨਾ। ਬੜੇ ਨੂੰ ਮੈਂ ਕਹਿੰਦਾ ਪੰਜਾਬੀ ਬੋਲ ਭਾਈ, ਗੁਰਦੁਆਰੇ ਬੈਠਾ, ਗੁਰਦੁਆਰੇ ਆਇਆ। ਮੈਨੂੰ ਕਦੇ ਕਿਸੇ ਨੇ ਕਿਹਾ ਵੀ ਤੂੰ ਕਿਉਂ ਕਹਿੰਦਾ ਨਾ ਅੱਛਾ ਬਾਬਾ ਜੀ, ਅੱਛਾ ਬਾਬਾ ਜੀ, ਇਦੋਂ ਵਾਧੂ ਕਦੇ ਨਹੀਂ ਕਿਹਾ ਕੋਈ ਵੀ ਗੱਲ। ਹਾਂਜੀ, ਮੈਨੂੰ 32-33 ਸਾਲ ਹੋ ਗਏ ਇਹ ਹੀ ਕੰਮ ਕਰਦੇ ਨੂੰ। ਅੱਜ ਤੱਕ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਜੇ ਕਿਸੇ ਨੂੰ ਕੁਛ ਕਹਿ ਦਿੱਤਾ ਤਾਂ ਉਹਨਾਂ ਹਾਂਜੀ ਕਹਿ ਦਿੱਤਾ, ਲੇਕਿਨ ਨੋ ਨਹੀਂ ਕਿਹਾ। ਐਡੀ ਮਾੜੀ ਗੱਲ ਕਹੀ ਦੀ ਵੀ ਨਹੀਂ ਕਿਸੇ ਨੂੰ, ਇਹ ਵੀ ਗੱਲ ਹੈਗੀ, ਭੈੜੀ ਗੱਲ ਕਹੀ ਦੀ ਵੀ ਕਿਸੇ ਨੂੰ ਨਹੀਂ।